ਭਾਵੇਂ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਪੂਰਾ ਸਮਾਂ ਸੱਤਾਧਾਰੀ ਪਾਰਟੀ ਲੀਡਰ ਅਤੇ ਭੈਣ ਭਰਾਵਾਂ ਦੀ ਪਾਰਟੀ ਦੇ ਲੀਡਰ ਇੱਕ ਦੂਜੇ ਤੇ ਆਰੋਪ ਲਗਾਉਂਦੇ ਰਹੇ, ਪਰ ਸੋਮਵਾਰ ਨੂੰ ਵਾਰਡ ਨੰਬਰ 44 ਦੀ ਰੀਪੋਲਿੰਗ ਮੌਕੇ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਇਨਸਾਫ ਪਾਰਟੀ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਇੱਕ ਦੂਜੇ ਦੇ ਗਲੇ ਮਿਲਦੇ ਹੋਏ ਨਜ਼ਰ ਆਏ ਤੇ ਮੀਡੀਆ ਦੇ ਰੂਬਰੂ ਹੁੰਦੇ ਹੋਏ 27 ਫਰਵਰੀ ਨੂੰ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵਧੀਆ ਹਾਊਸ ਬਣਾਉਣ ਦੀ ਗੱਲ ਆਖੀ। ਜਿਹੜੇ ਇਹ ਇਲੈਕਸ਼ਨ ਹੁੰਦੇ ਆ ਇਹ ਭਾਈਚਾਰੇ ਦੇ ਇਲੈਕਸ਼ਨ ਹੈ, ਇਹ ਪਤਾ ਨਹੀਂ ਕਿਉਂ ਹੁੰਦੇ ਹੁੰਦੇ ਇਹ ਇਲੈਕਸ਼ਨ ਇਹ ਰੂਪ ਲੈ ਗਏ, ਪਰ ਅਸੀਂ ਚਾਹੁੰਦੇ ਹਾਂ ਪਿਆਰ ਮੁਹੱਬਤ ਅਤੇ ਡਿਵੈਲਪਮੈਂਟ ਦੀ ਰਾਜਨੀਤੀ ਹੋਣੀ ਚਾਹੀਦੀ, ਔਰ ਇਸ ਗੱਲ ਦੇ ਬੈਂਸ ਸਾਹਿਬ ਵੀ ਹਾਮੀ ਆ ਔਰ ਮੈਂ ਵੀ ਖਾਸ ਤੌਰ 'ਤੇ। ਨਤੀਜੇ ਕੁਛ ਵੀ ਰਹਿਣ ਜੀ ਕਹਿੰਦੇ ਬਿਲਕੁਲ ਸੋਚ ਸਾਰਿਆਂ ਦੀ ਲੁਧਿਆਣੇ ਦੀ ਤਰੱਕੀ ਹੋਈ ਹੈ, ਕੋਈ ਨਤੀਜਾ ਆਵੇ ਕੁਛ ਆਵੇ ਸਾਡੀ ਪਹਿਲੀ ਪ੍ਰਾਇੋਰਟੀ ਲੁਧਿਆਣੇ ਦੀ ਡਿਵੈਲਪਮੈਂਟ ਹੈ ਅਤੇ ਲੁਧਿਆਣਾ ਇੱਕ ਦੂਸਰੇ ਨੂੰ ਮਿਲਣਾ ਸਾਡੀ। ਮੈਂ ਫਿਰ ਕਹੂੰਗਾ ਵੀ ਇਹ ਭਾਈਚਾਰਕ ਸਾਂਝ, ਕਈ ਲੂੰਬੜ ਲੋਕ ਨੇ ਅੱਗ ਲਾਈ ਡੱਬੂ ਕੰਧ 'ਤੇ ਨਜ਼ਰ ਨੀਅਤ ਵਾਲੇ ਉਂਗਲਬਾਜ਼ੀ ਵਾਲੇ, ਸੋ ਉਂਗਲਬਾਜ਼ੀ ਵਾਲਿਆਂ ਨੇ ਇਸ ਮਾਹੌਲ ਨੂੰ ਕੁੜੱਤਣ ਭਰਿਆ ਕੀਤਾ, ਕੜਵਾਹਟ ਭਰਿਆ ਕੀਤਾ। ਮੈਂ ਇਹ ਵੀ ਕਹੂੰਗਾ ਇਹ ਕੰਮ ਅਸਲ ਦੇ ਵਿੱਚ ਜਿਹੜਾ ਐਡਮਿਨਿਸਟ੍ਰੇਸ਼ਨ ਆ ਨਾ ਉਹਦਾ ਪੀਸਫੁੱਲ ਕਰਾਉਣ ਦਾ ਜ਼ਿਆਦਾ, ਜਿਹਨਾਂ ਲੋਕਾਂ ਦੇ ਪੱਲੇ ਕੁਛ ਨਹੀਂ ਕਰਨਾ ਅਤੇ ਉਹ ਸੋਚਦੇ ਵੀ ਅਸੀਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਜਿੱਤ ਜਾਈਏ। ਜਿਹੜੇ ਲੋਕ ਗ੍ਰਾਸ ਰੂਟ ਰਾ ਬੈਠੇ ਨਾ ਪੀਸਫੁੱਲ ਤਰੀਕੇ ਦੇ ਨਾਲ, ਜਿਨ੍ਹਾਂ ਦੇ ਪੱਲੇ ਆਪਣੇ ਕੁਛ ਨਹੀਂ, ਅਤੇ ਉਹ ਹਮੇਸ਼ਾ ਇਸ ਚੱਕਰ 'ਚ ਰਹਿੰਦੇ ਆ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਅਸੀਂ ਦੁਰਉਪਯੋਗ ਕਰ ਲਈਏ ਸਰਕਾਰੀ ਮਸ਼ੀਨਰੀ ਦਾ ਅਤੇ ਅਸੀਂ ਜਿੱਤ ਜਾਈਏ। ਸੋ ਪੀਸਫੁੱਲ ਅੱਜ ਦਾ ਜਿਹੜਾ ਇਹ ਦੋ ਬੂਥਾਂ ਦੀ ਰੀਪੋਲ ਹੋਈ ਆ ਪੀਸਫੁੱਲ ਆ, ਐਂਡ ਅਸੀਂ ਸਾਰੇ ਇੰਸ਼ੋਰ ਕਰਦੇ ਹਾਂ ਵੀ ਸਾਡਾ ਲੁਧਿਆਣਾ ਜਨਮ ਭੂਮੀ ਹੈਗੀ ਹੈ ਸਾਰਿਆਂ ਦੀ, ਸਾਨੂੰ ਇਸ ਮਿੱਟੀ ਦੇ ਨਾਲ ਪਿਆਰ ਆ ਅਤੇ ਲੁਧਿਆਣੇ ਦੀ ਡਿਵੈਲਪਮੈਂਟ ਲਈ ਅਸੀਂ ਸਾਰੇ ਵਚਨਬੱਧ ਹਾਂ। ਕੱਲ੍ਹ ਦੇ ਨਤੀਜਿਆਂ ਤੋਂ ਬਾਅਦ ਕਹਿੰਦੇ ਹਾਊਸ ਬਣਨ ਜਾ ਰਿਹਾ ਅਤੇ ਤੁਸੀਂ ਹਾਊਸ ਦੀ ਕਾਮਨਾ ਕਰੋ, ਜਿਸ ਪਿਛਲੇ 10 ਸਾਲਾਂ ਦੌਰਾਨ ਤੁਸੀਂ ਵੀ ਦੇਖਿਆ ਕਿੰਨੇ ਹੰਗਾਮੇ ਹੋਏ ਕਿ ਹਾਊਸ ਅੱਛਾ ਰਹੇ ਜਾਂ ਕਿਸੇ ਪਾਰਟੀ ਦੇ ਲੋਕ। ਸੋ ਬ੍ਰਦਰ, ਇਹ ਜਿਹੜਾ ਲੋਕਲ ਗਵਰਨਮੈਂਟ ਹੈਗਾ ਨਾ, ਲੋਕਲ ਹਾਊਸ ਆਪਣੇ ਆਪ ਦੇ ਵਿੱਚ ਸਮਰੱਥ ਇੱਕ ਮਿੰਨੀ ਸਰਕਾਰ ਹੈਗੀ ਆ। ਸੋ ਜਿੰਨਾ ਇਸ ਹਾਊਸ ਦੇ ਅੰਦਰ ਆਪਸ ਦੇ ਵਿੱਚ ਇੱਕ ਸੁਰਤਾ ਨਾਲ ਕੰਮ ਹੋਏਗਾ, ਡਿਵੈਲਪਮੈਂਟ ਦਾ ਵੀਲ ਉੱਨੀ ਤੇਜ਼ੀ ਨਾਲ ਘੁੰਮੇਗਾ ਸ਼ਹਿਰ ਲੁਧਿਆਣਾ ਉੱਨੀ ਤੇਜ਼ੀ ਨਾਲ। ਮੈਨੂੰ ਇਹ ਗੱਲ ਕਹਿਣ 'ਚ ਵੀ ਕੋਈ ਹਿਚਕਚਾਹਟ ਨਹੀਂ ਹੈਗੀ, ਪਿਛਲੇ 10 ਸਾਲਾਂ ਦੇ ਵਿੱਚ ਸਿਰਫ ਗੱਪਾਂ ਦੇ ਮਹਿਲ ਉਸਾਰੇ ਗਏ ਆ। ਤੁਸੀਂ ਇੰਟਰਨਲ ਲੁਧਿਆਣੇ ਦਾ ਮੈਨੂੰ ਇੱਕ ਵੀ ਪ੍ਰੋਜੈਕਟ ਦੱਸ ਦਿਓ ਵੀ ਆਹ ਪ੍ਰੋਜੈਕਟ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ 2 ਟਰਮਾਂ ਨਗਰ ਨਿਗਮ ਹਾਊਸ ਨੇ ਕੀਤਾ ਕੀ ਹੈ? ਸਿਰਫ ਅਤੇ ਸਿਰਫ ਖਾਨਾ ਪੂਰੀ ਕੀਤੀ ਗਈ ਹੈ, ਸਿਰਫ ਅਤੇ ਸਿਰਫ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾ ਕੇ ਰੱਖਿਆ ਇਹਨਾਂ ਨੇ। ਸਰਕਾਰ ਵੀ ਤੁਹਾਡੀ ਕੀ ਮੇਅਰ ਚਾਹੇ ਕਿਸੇ ਪਾਰਟੀ ਦੇ ਬੰਦਾ, ਤੁਹਾਨੂੰ ਲੱਗਦਾ ਲੁਧਿਆਣੇ ਦੀ ਡਿਵੈਲਪਮੈਂਟ ਲਈ ਸਰਕਾਰ ਕੋਈ ਵਿਤਕਰਾ ਨਹੀਂ ਕਰੇਗੀ, ਜਿਸ ਤਰ੍ਹਾਂ ਕਿ ਪਿਛਲੇ 10 ਸਾਲ ਦੌਰਾਨ ਹੁੰਦਾ ਰਿਹਾ ਕਿ ਫੰਡਿੰਗ ਕਿਤੇ ਹੋਰ ਜਾਂਦੀ? ਇਹ ਸਿਰਫ ਪਿਛਲੇ 10 ਸਾਲ ਦੌਰਾਨ ਹੀ ਹੈ, ਉਸ ਤੋਂ ਪਹਿਲਾਂ ਅਤੇ ਅੱਗੇ ਇੰਸ਼ੋਰ ਕਰਾਂਗੇ ਅੱਗੇ ਵੀ ਨਾ ਹੋਵੇ ਕੋਈ ਪੋਲੀਟੀਕਲ ਵਿਕਟਮਾਈਜੇਸ਼ਨ ਨਹੀਂ, ਹਰੇਕ ਦਾ ਬਰਾਬਰ ਦੇ ਇਖਤਿਆਰ ਹੋਣ। ਜੋ ਇਸ ਹਾਊਸ ਦੀ ਇਸ 10 ਸਾਲ ਤੋਂ ਪਹਿਲਾਂ ਪ੍ਰਥਾ ਰਹੀ ਹੈ ਵੀ ਹਰੇਕ ਦਾ, ਚਾਹੇ ਕੋਈ ਇੰਡੀਪੈਂਡੈਂਟ ਜਿੱਤਿਆ, ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ, ਰੂਲਿੰਗ ਨੂੰ ਜਾਂ ਆਪੋਜੀਸ਼ਨ ਨੂੰ, ਹਰੇਕ ਦਾ ਹੱਕ ਬਰਾਬਰ ਦਾ ਰਹੇਗਾ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।